ਤੇ 2 ਸਾਲ ਦੀ ਗਾਰੰਟੀ ਆ ਨਿਊਯਾਰਕ ਦੇ ਵਿੱਚ ਡਿਜ਼ਾਈਨ ਐਂਡ ਡਿਵੈਲਪਡ ਇਨ ਨਿਊਯਾਰਕ ਨਿਊਯਾਰਕ ਚ ਬਣਿਆ ਹੋਇਆ 900 ਵਾਟ ਦਾ ਇਹ ਮੈਕਸਿਮਮ ਪਾਵਰ ਹੈ ਇਹਦੀ ਅਤੇ 8 ਫਲੋਰ ਨੋਜ਼ਲ ਆ ਕੋਈ ਜਿਹੜੀ ਮੂਰੀ ਸਿੱਖਣ ਵਾਲੀ ਹੁੰਦੀ ਇੰਟੈਗਰੇਟਡ ਬਰੱਸ਼ ਨਾਲ ਉਹਦੇ ਫਿਲਟਰ ਲੱਗਿਆ ਹੋਇਆ ਮਗਰ ਫਿਲਟਰ ਲੱਗਿਆ ਹੋਇਆ ਮਗਰ ਖਾਲੀ ਕਰਨਾ ਹੁੰਦਾ ਖੁੱਲੂਗਾ ਪਤਾ ਨਹੀਂ ਸ਼ਾਇਦ ਆਹ ਲੱਗਿਆ ਹੋਇਆ ਸੇਫਟੀ ਲਾਈ ਉਹਨਾਂ ਨੇ ਇੱਥੋਂ ਹੀ ਖੋਲ੍ਹਣਾ ਪਤਾ ਨਹੀਂ ਹੁੰਦੇ ਨਵਾਂ ਨਵਾਂ ਤਾਂ ਕਰਕੇ ਪਤਾ ਨਹੀਂ ਲੱਗਦਾ ਖੁੱਲੂਗਾ ਖਾਲੀ ਕਰਨਾ ਤਾਂ ਗਰਦ ਨੂੰ ਇੱਦਾਂ ਕਰਕੇ ਖਾਲੀ ਕਰ ਦਿਓ ਅਤੇ ਇਹਨੂੰ ਦੁਬਾਰੇ ਫਿਰ ਲਾ ਦਿਓ ਇੱਥੇ ਇਹਦੇ ਵਿੱਚ ਆਪਣੀ ਸੇਵਿੰਗ ਹੋ ਜਾਂਦੀ ਹੈ ਲਿਫਾਫਿਆਂ ਦੀ ਕਿਉਂਕਿ ਲਿਫਾਫੇ 2-3 ਹੀ ਹੁੰਦੇ ਆ ਨਾਲ ਉਹ ਜਦੋਂ ਭੱਜਦੇ ਆ ਫਿਰ ਲਿਫਾਫੇ ਨਵੇਂ ਲਿਕਣ ਪੈਂਦੇ ਕਿ ਉਹ ਵੀ ਬੜੇ ਮਹਿੰਗੇ ਹੁੰਦੇ ਹੈਗੇ ਜਿਹੜੇ ਲਿਫਾਫੇ ਵਾਲੇ ਵੈਕਿਊਮ ਕਲੀਨਰ ਹੁੰਦੇ ਆ ਉਹਨਾਂ ਦਾ ਇਹ ਪੰਗਾ ਰਹਿੰਦਾ ਅਤੇ ਬਾਕੀ ਇਹਨੂੰ ਵਰਤ ਕੇ ਦੇਖਦੇ ਹਾਂ ਪਹਿਲਾਂ ਵੀ ਸਾਡੇ ਕੋਲ ਬਿਨਾਂ ਲਿਫਾਫੇ ਵਾਲੀ ਸੀਗਾ ਉਹ ਖਰਾਬ ਹੋ ਗਿਆ ਸੀ ਅਤੇ ਹੁਣ ਆਪਾਂ ਇਹਦਾ ਜੋੜ ਜਿਹੜਾ ਹੀ ਆ ਕਰ ਲੈਂਦੇ ਜੀ ਕਿੱਦਾਂ ਜੁੜੂਗਾ ਆਹ ਮੂਹਰੇ ਹੋ ਗਿਆ ਅਤੇ ਮੂਹਰੇ ਇੱਥੇ ਕੋਈ ਜ਼ਿਆਦਾ ਕੰਪਲੀਕੇਟਡ ਤਾਂ ਹੁੰਦਾ ਨਹੀਂ ਹੈਗਾ ਬਸ ਆਪਾਂ ਦੇਖਣਾ ਹੀ ਆ ਵੀ ਇਹ ਕਿੰਨੀ ਕੁ ਗਰਦ ਖਿੱਚਦਾ ਹੈਗਾ ਆਹ ਪਾਈਪ ਪੂਪ ਜਿਹੇ ਖੋਲ੍ਹ ਲੈਂਦੇ ਜਿਹੜੇ ਨਾਲ ਦੇ ਇਹਦੇ ਤਾਂ ਪੂਰੀ ਗੰਜ ਹੀ ਲੱਗਦੀ ਆ ਬੰਦੇ ਮਾਨ ਨਹੀਂ ਲੱਗਦੀ ਆ
ਤੇ ਆਹ ਛੋਟਾ ਵੱਡਾ ਹੋ ਜਾਂਦਾ ਜੀ ਇਹ ਇਹ ਤੁਸੀਂ ਆਪਦੀ ਹਾਈਟ ਦੇ ਮੁਤਾਬਕ ਜਿਹਦਾ ਕੱਦ ਛੋਟਾ ਜਾਂ ਲੰਬਾ ਫਿਰ ਉਹ ਇਹਨੂੰ ਘੱਟ ਵੱਧ ਕਰ ਸਕਦਾ ਗਾ ਇਹ ਖੋਲਣਾ ਪੈਣਾ ਫਿਰ ਲੱਗੂਗਾ ਜਾਂ ਦੇਖਦੇ ਹਾਂ ਆਹ ਫਿੱਟ ਹੋ ਗਿਆ ਜੀ ਇੱਥੇ ਨੇ ਫਿੱਟ ਹੋ ਜਾਣਾ ਆਹ ਬਰੱਸ਼ ਇਹਦੇ ਨਾਲ ਹੀ ਅਟੈਚ ਆ ਨਿਕਲਦਾ ਨਹੀਂ ਹੈਗਾ ਬਸ ਆਹ ਪੈਪ ਆਪਾਂ ਇੱਥੇ ਮੂਹਰੇ ਲਾ ਦੇਣਾ ਇਹਦੇ ਆਹ ਕੜਕ ਹੋ ਗਿਆ ਤਾਂ ਇਹਨੇ ਲੋਕ ਫੜ ਲਿਆ ਇਹਨੂੰ ਅਤੇ ਇੱਥੋਂ ਇਹਨੂੰ ਆਪਾਂ ਛੋਟਾ ਵੱਡਾ ਕਰ ਸਕਦੇ ਹਾਂ ਠੀਕ ਹੈ ਜੀ ਕਾਫੀ ਹੋ ਗਿਆ ਹਾਈਟ ਤਾਂ ਇਹਦੀ ਅਤੇ ਹੁਣ ਆਪਣੇ ਕੋਲ ਆਹ ਜਿਹੜੇ ਦੋ ਬਰੱਸ਼ ਆਏ ਹੋਏ ਆ ਮੂਹਰਲੇ ਜਿਹੜੇ ਮੂੰਹ ਅੱਗੇ ਵਾਲੇ ਉਹ ਲਾ ਲੈਂਦੇ ਹਾਂ ਇੱਕ ਇਹ ਵਾਲਾ ਜੀ ਅਤੇ ਕਾ ਦਿੱਤਾ ਇਹਨੂੰ ਇਹ ਸਿੰਪਲ ਜਿਹਾ ਹੈਗਾ ਇਹ 'ਚ ਕੋਈ ਖਾਸ ਨਹੀਂ ਹੈਗਾ ਜਗਾੜ ਜਿਹਾ ਆਹ ਥੋੜ੍ਹਾ ਜਿਹਾ ਵਧੀਆ ਲੱਗਦਾ ਮੈਨੂੰ ਇਹ 'ਚ ਕਾਫੀ ਕੁਛ ਇਹਨਾਂ ਦਾ ਇਹ ਮੇਨ ਲੱਗਦਾ ਮੈਨੂੰ ਆਹ ਇਹਦਾ ਕੋਈ ਹੋਰ ਕੰਮ ਹੋਣਾ ਜੀ ਆਪਾਂ ਕਾਗਜ਼ ਤੋਂ ਦੇਖ ਲਾਂਗੇ ਕੀ ਲਿਖਿਆ ਇਹ ਕਿੱਥੇ ਵਰਤਣਾ ਪਰ ਆਹ ਮੇਨ ਆਪਾਂ ਇਹ ਲਾਉਂਦੇ ਹਾਂ ਮੂਹਰੇ ਦੇ ਅਤੇ ਫਿਰ ਆਪਾਂ ਦੇਖਦੇ ਹਾਂ ਇਹਨੂੰ ਵਰਤ ਕੇ ਆਹ ਲੋਕ ਜਿਹੜੇ ਇਹਦਾ ਵੀ ਉੱਥੇ ਇਹ ਫਿੱਟ ਹੋ ਗਿਆ ਆਪਣਾ ਇਹ ਜਗਾੜ ਕਰ ਇੱਥੇ ਮੈਂ ਥੋੜ੍ਹਾ ਜਿਹਾ ਚਲਾਇਆ ਜੀ ਇਹ ਵੈਕਿਊਮ ਕਲੀਨਰ ਅਤੇ ਆਹ ਦੇਖੋ ਇੱਥੇ ਕਿੰਨੀ ਮਿੱਟੀ ਪਈ ਹੈ ਕਾਫੀ ਮਿੱਟੀ ਪਈ ਸੀ ਅਤੇ ਚਲਾਉਣ ਤੋਂ ਬਾਅਦ ਦੇਖੋ ਆਹ ਸਫਾਈ ਹੋ ਗਈ ਚਲਾਉਣ ਤੋਂ ਬਾਅਦ ਇਹਨੇ ਸਫਾਈ ਕਰਤੀ ਅਤੇ ਔਨਲਾਈਨ ਸਾਨੂੰ ਇਹ ਪੈ ਗਿਆ ਸੀਗਾ ਹਜ਼ਾਰ ਕੁ ਕਰੋਨੇ ਦਾ ਪੈ ਗਿਆ ਸੀਗੀ ਅਤੇ ਆਪਾਂ ਮਿਲਾਂਗੇ ਫਿਰ ਬਾਏ ਬਾਏ ਜੀ ਅਤੇ ਬਾਏ 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 ਬਾਏ।